ਲਓ ਜੀ ਫ੍ਰੀ ਦੇ ਭਾਅ 'ਤੇ ਬਜਾਜੀ ਵੇਚੀ ਜਾ ਰਹੇ ਹਾਂ, ਸਾਰੇ ਦੁਕਾਨਦਾਰ ਭੈਣ ਭਰਾਵਾਂ ਨੂੰ ਖੁੱਲ੍ਹਾ ਸੱਦਾ ਗਾ, ਡਿਜੀਟਲ ਪ੍ਰਿੰਟ ਸੂਟ ਜਿੰਨੇ ਮਰਜ਼ੀ ਲੈ ਜਾਓ, ਫੁੱਲ ਕੁਆਂਟਿਟੀ 'ਚ ਮਾਲ ਆਇਆ ਪਿਆ ਹੈਗਾ ਬੋਂਬੇ ਕੋਟਨ ਦਾ 425 ਰੁਪਏ ਦੇ ਵਿੱਚ। ਸੈਲੀਬ੍ਰਿਟੀ ਸੂਟ ਦੇ ਰਹੇ ਹਾਂ 625 10 ਪੀਸ, 598 20 ਪੀਸ, 575 ਦੇ 30 ਪੀਸ, ਪੈਰਸ ਬਿਊਟੀ 285 ਅੱਜ ਵੀ 285 ਦੇ ਰਹੇ ਹਾਂ। ਡਿਜੀਟਲ ਪ੍ਰਿੰਟ ਮੈਂ ਕਿਹਾ ਜੀ ਮੁਫ਼ਤ ਦੇ ਭਾਅ 350.5 ਰਿਓਨ 185 ਰੁਪਏ, ਠੀਕ ਹੈ ਜੀ, 4500 ਦੇ 10 ਪੀਸ ਸਲਵਾਰ ਵਰਕ ਵਾਲੇ। ਐਟਮ ਬਰੋਸ਼ਾ 180, ਠੀਕ ਹੈ, ਮੱਖਣ ਵਾਈ 190, ਪਿਓਰ ਕੋਟਨ ਦੇ ਸੂਟ 225 'ਚ ਅਤੇ 585 'ਚ ਦੇ ਰਹੇ ਹਾਂ ਆਪਾਂ। ਪ੍ਰਿੰਸੈਸ ਕਲੈਕਸ਼ਨ ਲੀਜੀ ਦੇ ਕੁੜਤਾ ਪਜਾਮਾ 160 ਰੁਪਏ ਦਾ, ਫੁੱਲ ਵੈਲ 26 ਰੁਪਏ ਮੀਟਰ, ਖੁੱਲ੍ਹਾ ਸੱਦਾ ਸਾਰੇ ਦੁਕਾਨਦਾਰ ਭੈਣ ਭਰਾਵਾਂ ਨੂੰ, ਫ੍ਰੀ ਦੇ ਰੇਟ 'ਤੇ ਬਜਾਜੀ ਚੁਕਾਉਣ ਲੱਗੇ ਪਏ ਹਾਂ, ਫ੍ਰੀ ਦੇ ਰੇਟ 'ਤੇ, ਅਤੇ ਆਪਣਾ ਚੈਲੇਂਜ ਆ ਖੜਕਾ ਕੇ। ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਗਾ ਫਾਇਦੇ ਹੋਣਗੇ, ਕਿਤੇ ਜਾਣ ਦੀ ਲੋੜ ਨਹੀਂ, ਪੰਡ ਤਾਂ ਸਿੱਟੀ ਦਿਓ, ਇੱਥੇ ਫਾਇਦੇ ਹੋਣੇ, ਇੱਥੇ ਸਾਰੇ ਭੈਣ ਭਰਾਵਾਂ ਨੂੰ ਵਾਅਦਾ ਕਰਦੇ ਹਾਂ, ਫ੍ਰੀ ਦੇ ਰੇਟ 'ਤੇ ਕੱਪੜਾ ਦਿੰਦੇ ਹਾਂ, ਅਤੇ ਤੁਹਾਨੂੰ ਮਜ਼ਾ ਆਊਗਾ ਹੱਥ ਕੱਪੜਾ ਲੈ ਕੇ, ਤੁਸੀਂ ਕਹੋਗੇ ਹਾਂ ਵਾਕਈ ਸਵਾਦ ਆ ਰਿਹਾ ਹੈਗਾ। ਵਰਾਇਟੀਆਂ ਬਹੁਤ ਆ, ਮੋਹਣ ਮਾਨ ਦੇ ਪੱਟੀ ਵਾਲੇ ਸੂਟ ਆ ਚੁੱਕੇ ਆ, ਜਿੰਨਾ ਮਰਜ਼ੀ ਮਾਲ ਲੈ ਲਓ 350 ਜਿਹੇ ਜੇ ਮਰਜ਼ੀ ਰੱਖੋ, ਹਰ ਇੱਕ ਐਟਮ 325 ਰੁਪਏ 'ਚ ਕੋਟਨ ਦੇ ਸੂਟ, ਕੋਟਨ ਵੱਟਿਆਂ ਨਾਲ ਵਰਾਇਟੀਆਂ ਆਹ ਪਏ ਸੂਟ 200 ਵਾਲੇ, 180 ਵਾਲੇ, 135 ਰੁਪਏ ਸੂਟ, ਵਾਧੂ ਮਾਲ ਆ, ਵਰਾਇਟੀ ਵਾਧੂ ਆ, ਢੇਰਾਂ ਦੇ ਢੇਰ, ਮੁਫ਼ਤ ਰੇਟ, ਜ਼ਰੂਰ ਆਓ ਪੰਡਤਾਂ ਦੀ ਹੱਡੀ ਦੇ, ਜਿੰਨੇ ਵੀ ਦੁਕਾਨਦਾਰ ਭੈਣ ਭਰਾਵਾਂ ਨੇ ਕਰਾਉਣੇ ਆ, ਫਾਇਦੇ ਫਾਇਦੇ ਹੋਣਗੇ ਇੱਥੇ, ਕਿਉਂਕਿ ਰੇਟ ਹੋਲਸੇਲ ਤੋਂ ਵੀ ਘੱਟ। ਦੇਖੋ ਜੀ ਹੋਲਸੇਲ ਤਾਂ ਸਾਰੇ ਕਰਦੇ ਆ ਨੋ ਡਾਊਟ, ਪਰ ਸਾਡਾ ਮਕਸਦ ਕੀ ਆ, ਸਾਨੂੰ ਹੋਲਸੇਲ ਦੀ ਕਮਾਈ ਦਾ ਲਾਲਚ ਹੀ ਹੈ ਨਹੀਂ, 1% ਦਾ ਕਰਦੇ 1% 'ਤੇ, ਤਾਂ ਹੀ ਸਾਨੂੰ ਕਹਿੰਦੇ 1% ਵਾਲੇ ਹੋਲਸੇਲਰ, ਨੰਬਰ 1 ਹੋਲਸੇਲਰ, ਕਿਉਂਕਿ ਸਾਨੂੰ ਲਾਲਚ ਹੀ ਹੈ ਨਹੀਂ, ਅਸੀਂ ਸਿਰਫ ਸ਼ੌਂਕ ਨਾਲ ਕੰਮ ਕਰਦੇ ਹਾਂ, ਦੁਕਾਨਦਾਰ ਆਪਦੇ ਨਾਲ ਜੋੜਦੇ ਹਾਂ, ਅਤੇ ਜੋ ਰੇਟ 'ਤੇ ਕੱਪੜਾ ਦੇ ਦਿੰਦੇ ਹਾਂ ਜੀ, ਲਕੀਰ ਮਾਰ ਦਿੰਦੇ ਹਾਂ ਵੀ ਤੂੰ ਥੱਲੇ ਮਿਲਣਾ ਨਹੀਂ, ਕੋਈ ਵੱਡੇ ਤੋਂ ਵੱਡਾ ਹੋਲਸੇਲਰ ਜੋੜ ਲਾ ਲਏ, ਚੁੰਨੀਆਂ ਚਾਨੀਆਂ ਜੀਆਂ ਵੱਡੀਆਂ, ਆਹ 150 ਵਿਕਦੀ ਆ ਆਰ ਗੰਡੇ ਦੀ, 85 ਰੁਪਏ 'ਚ ਦੇ ਰਹੇ ਹਾਂ, ਕੋਈ ਦੇ ਨਹੀਂ ਸਕਦਾ ਮਾਜਦਾ ਨਾਲ, ਫੁੱਲ ਵੈਲ ਕੋਈ ਦੇ ਨਹੀਂ ਸਕਦਾ 26 ਰੁਪਏ ਮੀਟਰ, ਕੋਈ ਜੋੜ ਲਾ ਲਏ, ਠੀਕ ਹੈ ਜੀ। ਕੈਮਰਿਕ AK ਟੈਕਸ ਦੀ ਅੱਗ ਵਰਗੇ ਡਿਜ਼ਾਇਨ ਆ ਜੀ, ਅੱਗ ਵਰਗੇ BMW 385 ਜੋੜ ਲਾ ਲਏ, ਕੋਈ ਆ ਡਿਜ਼ਾਇਨ ਤੋਂ ਅੱਗ ਵਰਗੇ, ਪੈਸ ਵੀ 285 ਚੈਲੇਂਜਰ ਰੇਟਾਂ ਦੇ, ਦਮ ਹੈ ਨਹੀਂ ਕਿਸੇ ਸਾਡੇ ਬਰਾਬਰ ਮਾਲ ਵੇਚਣ ਦਾ। ਮੈਂ ਕਿਹਾ ਜੀ ਭੁੱਲ ਜਾਓ, ਅਸੀਂ ਤਾਂ ਫ੍ਰੀ ਦੇ ਬਾਅਦ ਚੁਕਾ ਦਿੰਦੇ ਹਾਂ, ਆਏ ਰੇਟ ਕੱਪੜਾ ਚੁਕਾ ਦਿੰਦੇ ਇਹੋ ਜਿਹੇ ਬੰਦੇ ਅਸੀਂ, ਆ ਮਾੜੇ ਫੁੱਲ ਵੈਲ ਟੁੱਟਣੇ ਮਾਰ ਕੈਮਰਾ, ਫੁੱਲ ਵੈਲ ਦੇ ਟੁੱਟੇ ਕੱਢਦੇ ਹੁੰਦੇ ਅਸੀਂ, ਜਿੰਨੇ ਵੀ ਦੁਕਾਨਦਾਰ ਭੈਣ ਭਰਾ, ਜਿੰਨੇ ਬੁਟੀਕਾਂ ਵਾਲੇ ਆ, ਜਿੰਨੇ ਵੀ ਟੋਟੇ 5 ਮੀਟਰ ਤੋਂ ਘੱਟ ਆ, ਧਿਆਨ ਨਾਲ ਸੁਣ ਲਿਓ, 1 ਮੀਟਰ 1.5, 2, 2.5, 3, 3.5, 4, 4.5, 5 ਤੋਂ ਘੱਟ 25 ਰੁਪਏ ਮੀਟਰ, ਫੁੱਲ ਵੈਲ 25 ਰੁਪਏ ਮੀਟਰ ਟੋਟੇ ਚੁਕਾ ਦਿੰਦੇ ਹਰੇ ਦੁਕਾਨਦਾਰਾਂ ਨੂੰ, ਠੀਕ ਹੈ, ਵੇਚਣ ਵਾਸਤੇ ਸਿਰਫ ਹੋਲਸੇਲ ਦੀ ਵੀਡੀਓ ਆ ਇਹ, ਅਤੇ ਜਿਹੜੇ ਵੀ ਦੁਕਾਨਦਾਰ ਭੈਣ ਭਰਾਵਾਂ ਨੇ ਫੁੱਲ ਵੈਲ ਲੈਣੀ ਆ, ਕੱਟ ਕੱਟ ਕੇ ਕੱਟ ਕਿਹੜਾ ਥਾਨ ਚੱਕਣੇ ਆ, 20 ਮੀਟਰ ਦਾ, 22 ਮੀਟਰ ਦਾ, 25 ਮੀਟਰ ਦਾ, 30 ਮੀਟਰ ਦਾ, ਕੱਟ ਕਿਹੜਾ ਥਾਨ ਚੱਕਣੇ ਆ, 28 ਰੁਪਏ ਮੀਟਰ, ਚੈਲੇਂਜ ਆ ਕੋਈ ਕੱਟ ਕੇ 28 ਦੇ ਦੇ, ਠੀਕ ਹੈ ਜੀ। ਨੰਬਰ 2 'ਤੇ ਜੇ ਬੰਦੇ ਬੰਦ ਪੈਕ ਥਾਨ ਲਾਓਗੇ 26 ਰੁਪਏ ਮੀਟਰ ਆ, ਸਾਰੇ ਪੰਜਾਬ ਦਾ ਚੈਲੇਂਜ ਸਾਡਾ, ਮੈਂ ਕਿਹਾ ਸਾਰੇ ਪੰਜਾਬ ਦਾ ਚੈਲੇਂਜ ਆ। ਪੈਰਸ ਬਿਊਟੀ ਬਰੋਸ਼ਾ 180 ਰੁਪਏ ਦੇ ਵਿੱਚ, ਮੱਖਣ ਮਲਾਈ ਦਿੰਦੇ ਹੀ ਨਹੀਂ ਕੋਈ, ਲੋਕਾਂ ਦੇ ਚੀਕਾਂ ਨਿਕਲੇ ਮੇਵੇ ਹੋਈ ਗਈਆਂ ਦਾ ਲਓ, ਰੇਮੰਡ ਨੰਬਰ ਆਉਂਦਾ ਰੇਮੰਡ ਕੋਟਨ 190 ਰੁਪਏ ਦੇ ਵਿੱਚ। ਮੈਂ ਕਹਿੰਦਾ ਜੀ ਆਹ ਤੌਲੀਏ ਆ, ਆਹ ਲਓ 100 ਰੁਪਏ ਤੌਲੀਏ ਨਾ, ਦਰਜਨ ਦਿੰਦੇ ਹਾਂ ਦਰਜਨ 88 ਰੁਪਏ ਹਿਸਾਬ ਨਾਲ, 88 ਰੁਪਏ ਦੇ ਹਿਸਾਬ ਨਾਲ ਦਰਜਨ ਵੀ ਛਕਾਵਾਂਗੇ,
ਜਿੰਨਾ ਮਰਜ਼ੀ ਹਰੇਕ ਚੀਜ਼ ਦਾ ਮੈਂ ਕਿਹਾ ਜੀ ਚੈਲੇਂਜ ਆਪਣਾ ਹਰੇਕ ਆਈਟਮ ਦਾ। ਜੇ ਹੋਲਸੇਲ ਕਿਹਾ ਤਾਂ ਹੋਲਸੇਲ ਦੇ ਵਿੱਚ ਬਜਾਜੀ ਦਿੰਦੇ ਹਾਂ 135 ਰੁਪਏ ਦੇ ਵਿੱਚ ਚੁੰਨੀ ਦੇ ਨਾਲ ਸੇਲਾਂ ਲਾਦੀਆਂ 150 ਦੀਆਂ ਲੋਕਾਂ ਦੀਆਂ 150 ਸੇਲਾਂ। ਫਿਓਨਾ ਸਿਲਕ 125 ਰੁਪਏ ਦੇ ਵਿੱਚ ਹਰੇਕ ਚੀਜ਼ ਦੀ ਡੈਡਲਾਈਨ ਆ, ਲਕੀਰ ਆ। ਮੈਂ ਸਾਰੀਆਂ ਮੇਰੀਆਂ ਭੈਣਾਂ ਨੂੰ ਦੇਖੋ ਸਾਡਾ ਸਟਾਈਲ ਆ ਵੀਡੀਓ ਪਾਉਣ ਦਾ, ਅਸੀਂ ਕਮੇਡੀ ਵੀ ਕਰਦੇ ਹਾਂ, ਅਸੀਂ ਐਗਰੈਸ਼ਨ 'ਚ ਵੀਡੀਓ ਪਾਉਂਦੇ ਹਾਂ, ਗੁੱਸੇ ਵੀਡੀਓ ਪਾਉਂਦੇ ਹਾਂ, ਕਿਉਂਕਿ ਸਾਡਾ ਸਟਾਈਲ ਆ। ਪਰ ਇੱਕ ਗੱਲ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਤੁਹਾਡੇ ਭਰਾ ਦਾ ਤੁਹਾਡੇ ਨਾਲ ਵਾਅਦਾ ਹੈਗਾ ਵੀ ਇੱਥੇ ਕੋਈ ਠੱਗੀ ਬੇਈਮਾਨੀ ਨਹੀਂ ਹੈਗੀ। ਅਸੀਂ ਕੰਮ ਕਰਦੇ ਹਾਂ ਪੂਰੀ ਇਮਾਨਦਾਰੀ ਨਾਲ, ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ। ਜਿੰਨੇ ਵੀ ਦੁਕਾਨਦਾਰ ਭੈਣ ਭਰਾ ਨਾਲ ਜੁੜੇ ਹੋਏ ਨੇ ਉਹ ਰਿਪੀਟ 'ਤੇ ਰਿਪੀਟ ਆ ਰਹੇ ਨੇ, ਠੀਕ ਹੈ। ਕਿਸ ਦਾ 10ਵਾਂ ਗੇੜਾ, ਕਿਸ ਦਾ 12ਵਾਂ ਗੇੜਾ, ਕਿਸ ਦਾ 15ਵਾਂ ਗੇੜਾ, ਪਹਿਲਾ ਗੇੜਾ ਅਗਲਾ ਸਾਡੀ ਵੀਡੀਓ ਦੇਖ ਕੇ ਆਉਂਦਾ ਗਾ, ਦੂਜਾ ਗੇੜਾ ਸਾਡੀ ਡੀਲਿੰਗ ਦੇਖ ਕੇ ਆਉਂਦਾ, ਸਾਡੇ ਰੇਟ ਦੇਖ ਕੇ ਆਉਂਦਾ, ਠੀਕ ਹੈ ਜੀ। ਫਿਰ ਸਾਡਾ ਗਾਹਕ ਬਣ ਜਾਂਦਾ, ਮੁੜ ਸਾਡਾ ਫੈਮਿਲੀ ਮੈਂਬਰ ਬਣ ਜਾਂਦਾ। ਸੋ ਤੁਹਾਡੇ ਨਾਲ ਖੜ੍ਹੇ ਹਾਂ, ਤੁਹਾਡੀ ਸਪੋਰਟ 'ਚ ਖੜ੍ਹੇ ਹਾਂ, ਕਿਤੇ ਜਾਣ ਦੀ ਲੋੜ ਨਹੀਂ। ਭੈਣਾਂ ਨੂੰ ਮੈਂ ਵਾਰ ਵਾਰ ਕਹਿੰਦਾ ਤੁਹਾਡੇ ਹੱਕ ਦੀ ਕਮਾਈ ਆ, ਤੁਹਾਡੇ ਹੱਕ ਦੇ ਪੈਸੇ ਆ, ਨਾ ਵੇਸਟ ਕਰੋ, ਨਾ ਖਰਾਬ ਕਰੋ। ਤੁਸੀਂ ਕਿੰਨੀ ਮਿਹਨਤ ਕਰਕੇ 40-50 ਰੁਪਏ ਇਕੱਠਾ ਕਰਦੇ ਹੋ, ਲੁਧਿਆਣੇ ਫੜਾ ਕੇ ਆ ਜਾਂਦੇ ਹੋ, ਨਾ ਭੈਣੋ ਐਂ ਨਾ ਕਰੋ। ਤੁਹਾਡੀ ਬੇਨਤੀ ਆ, ਤੁਹਾਡਾ ਭਰਾ ਖੜਾ ਹੈਗਾ ਤੁਹਾਡੀ ਸਪੋਰਟ ਦੇ ਵਿੱਚ, ਤੁਹਾਡਾ ਕੰਮ ਚਲਾ ਕੇ ਦੇਵਾਂਗੇ, ਰੇਟ ਦੇਵਾਂਗੇ, ਮਿੱਠੇ ਫਾਇਦੇ ਕਰਾਂਗੇ, ਠੀਕ ਹੈ ਜੀ। ਮੈਂ ਕਹਿ ਰਿਹਾ ਸਾਨੂੰ ਕੋਈ ਲਾਲਚ ਨਹੀਂ ਹੋਲਸੇਲ ਦਾ, ਸਾਨੂੰ ਸਿਰਫ ਸ਼ੌਂਕ ਆ। ਸੋ ਜਿੰਨੇ ਵੀ ਦੁਕਾਨਦਾਰ ਭੈਣ ਭਰਾ ਆ ਜਾਓ, ਤੁਹਾਡੀ ਸੇਵਾ 'ਚ ਬੈਠੇ ਹਾਂ, ਹੋਲਸੇਲ 'ਚ ਕੱਪੜਾ ਚੁਕਾ ਰਹੇ ਹਾਂ, ਫਰੀ ਦੇ ਰੇਟ 'ਤੇ ਕੱਪੜਾ ਚੁਕਾ ਰਹੇ ਹਾਂ। 1% ਦਾ ਹੁੰਦਾ, 1% ਦਾ ਬਸ ਖਰਚਾ ਹੀ ਲੈਂਦੇ ਹਾਂ, ਠੀਕ ਹੈ ਜੀ। ਸੋ ਪਰਮਾਤਮਾ ਦੀ ਕਿਰਪਾ, ਬੜੀ ਕਿਰਪਾ ਜੀ, ਰਿਟੇਲ ਦਾ ਕੰਮ ਸਾਡਾ ਬਹੁਤ ਵਧੀਆ ਚੱਲਦਾ ਗਾ। ਰਿਟੇਲ ਦਾ ਕੰਮ ਅਸੀਂ 10% 'ਤੇ ਕਰਦੇ ਹਾਂ, ਕਹਿ ਕੇ ਕਰਦੇ ਹਾਂ, ਪਰ ਹੋਲਸੇਲ 1% ਦਾ ਹੁੰਦਾ, 1% ਦਾ ਸਿਰਫ ਭੈਣਾਂ ਨਾਲ। ਸਾਡਾ ਜਿਹੜਾ ਇੰਨੇ ਸਾਡੇ ਨਾਲ ਦੁਕਾਨਦਾਰ ਜੁੜੇ ਹੋਏ ਨੇ ਸਿਰਫ ਉਹਨਾਂ ਵਾਸਤੇ ਖੜ੍ਹੇ ਹਾਂ, ਠੀਕ ਹੈ ਜੀ। ਸੋ ਜਿਹੜੀਆਂ ਭੈਣਾਂ ਸੋਚ ਰਹੀਆਂ ਜਾਵਾਂਗੇ ਕੰਮ ਸ਼ੁਰੂ ਕਰਾਂਗੇ, ਭਦੌੜ ਜਾਈਏ, ਕਿ ਬਠਿੰਡੇ ਜਾਈਏ, ਕਿ ਜਲੰਧਰ ਜਾਈਏ, ਕਿ ਲੁਧਿਆਣੇ ਜਾਈਏ, ਮੈਂ ਭੈਣਾਂ ਨੂੰ ਇੱਕ ਗੱਲ ਕਹਿਣਾ ਵੀ ਇੱਕ ਵਾਰ ਭਦੌੜ ਆ ਜਾਓ, ਸਾਡੇ ਰੇਟ ਦੇਖੋ, ਚੈਲੰਜ ਕਰਦੇ ਹਾਂ, ਸਾਡੇ ਜਿੰਨੇ ਸਸਤੇ ਰੇਟ ਤੁਹਾਨੂੰ ਕਿਤੋਂ ਮਿਲ ਨਹੀਂ ਸਕਦੇ। ਇੱਕੋ ਇੱਕ ਦੁਕਾਨ ਆ ਨੰਬਰ 1 ਹੋਲਸੇਲਰ, ਸਭ ਤੋਂ ਸਸਤੀ ਪੰਡਤਾਂ ਹੱਡੀ ਆ, ਸਿਰਫ ਸਾਡੇ ਕੋਲ ਤਾਂ ਸਸਤਾ ਹੈਗਾ। ਅਸੀਂ ਭੈਣੇ ਸਾਡਾ ਕੋਈ ਅਸੀਂ ਬੜੀਆਂ ਲੈਟਰਾਂ ਲਾਈਆਂ, ਕੋਈ ਅਸੀਂ ਸ਼ੀਸ਼ੇ ਲਾਏ, ਕੋਈ ਅਸੀਂ ਕੁਛ ਨਹੀਂ ਕੀਤਾ, ਅਸੀਂ ਬਸ ਆ ਬੈਠੇ ਹਾਂ। ਸਾਡਾ ਸਿਰਫ ਇੱਕ ਮਕਸਦ ਆ, ਕਮਾਈ ਘੱਟ ਕਰਦੇ ਹਾਂ, ਸਿਰਫ ਅਸੀਂ ਭੈਣਾਂ ਦੇ ਦਿਲ ਜਿੱਤੇ ਆ, ਠੀਕ ਹੈ ਜੀ। ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਹੋਲਸੇਲ ਦੇ ਵਿੱਚ ਸਾਡਾ ਚੈਲੰਜ ਹੋਊਗਾ, ਜੋ ਮੈਂ ਅਸੀਂ ਹੋਲਸੇਲ ਦੇ ਰੇਟ ਲਾ ਕੇ ਦੇ ਦਾਂਗੇ ਕਿਤੋਂ ਮਿਲ ਨਹੀਂ ਸਕਦਾ, ਸਾਰੇ ਪੰਜਾਬ ਦਾ ਚੈਲੰਜ ਆ। ਸੋ ਭੈਣਾਂ ਨੂੰ ਬੇਨਤੀ ਆ, ਇੱਕ ਵਾਰ ਜ਼ਰੂਰ ਆਓ ਪੰਡਤਾਂ ਦੀ ਹੱਡੀ, ਕੁੜੀਆਂ ਵਾਲਾ ਬਾਜ਼ਾਰ, ਭਦੌੜ ਸ਼ਹਿਰ, ਜ਼ਿਲ੍ਹਾ ਬਰਨਾਲਾ। ਦੁਕਾਨ 'ਤੇ ਆਉਣ ਦਾ ਰਸਤਾ ਮੈਂ ਪਾਤਾ, ਵੀਡੀਓ ਮੇਰੀ ਪਿੰਨ ਕੀਤੀ ਹੋਈ ਹੈ, ਸਾਰਿਆਂ ਨਾਲ ਪਹਿਲੀ ਵੀਡੀਓ ਉਹੀ ਆ, ਰਸਤਾ ਦੇਖ ਕੇ ਆਇਆ ਕਰੋ। ਅਤੇ ਜਿਹੜੇ ਭੈਣ ਭਰਾ ਸਾਡੇ ਨਾਲ ਵਟਸਐਪ 'ਤੇ ਜੁੜਨਾ ਚਾਹੁੰਦੇ ਆ, ਨੀਚੇ ਨੰਬਰ ਦੇ ਤਾ 90411-7151, ਉਹਦੇ ਮੈਸੇਜ ਕਰ ਦਿਓ, ਅਸੀਂ ਤੁਹਾਨੂੰ ਵਟਸਐਪ 'ਤੇ ਆਪਣੇ ਨਾਲ ਜੋੜਾਂਗੇ। ਤੁਹਾਨੂੰ ਡੇਲੀ ਫੋਟੋਆਂ ਜਾਇਆ ਕਰਨਗੀਆਂ ਸਾਡੇ ਹੋਲਸੇਲ ਰੇਟਾਂ ਦੀਆਂ, ਠੀਕ ਹੈ ਜੀ। ਜਿਹੜੇ ਨਹੀਂ ਆ ਸਕਦੇ ਉਹ ਔਨਲਾਈਨ ਮੰਗਾਓ, 15 ਕਿਲੋ ਦਾ, 20 ਕਿਲੋ ਦਾ ਜੰਬੋ ਮੰਗਾਓ, ਤੁਹਾਡੇ ਘਰ ਪਹੁੰਚੂਗਾ। ਕੋਰੀਅਰ ਖਰਚਾ ਬਹੁਤ ਘੱਟ ਲਵਾਂਗੇ ਜੇ ਤੁਸੀਂ ਇਕੱਠਾ ਮਾਰ ਲੈਣਾ, ਠੀਕ ਹੈ ਜੀ। ਸੋ ਧੰਨਵਾਦ ਸਾਰੇ ਪੰਜਾਬ।